क्योंकि गौरमेंट जिहड़ी है जो भी पुल बनाउंदी है तो सानू सर्विस लाइन प्रोवाइड करती है, पर इतने वेखन चाह रहा कि सर्विस लाइन भी आ कि चिक्कड़ आ, बच्चों लैके आ बंदा कल्ला किदा जा सकता। हाँ जी स्लिप हो जाती है, एक्टिवा स्लिप हो जाती है, वो वड्डियां गड्डियां जिहड़ियां आ नहीं सकदियां, फैमिली नूं लैके तुसीं जा नहीं सकते जे तुसीं बाहरों दी जांदे हो जी टी रोड तो उधरों टाइम वेस्ट हुंदा है। नंगल लगे तो इन्नी मुश्किल आती कोई हिसाब नहीं, बाकी जिहड़ा सट पेट लगती वह तो वक्री आ। ਸਤਿ ਸ਼੍ਰੀ ਅਕਾਲ ਤੇਜ ਪੰਜਾਬ ਨਿਊਜ਼ ਤੋਂ ਮੈਂ ਕਨਿਤਿਕਾ ਮਲਿਕ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਅਤੇ ਅੱਜ ਆਪਾਂ ਆਏ ਹੋਏ ਹਾਂ ਇਸਲਾਮਾਬਾਦ ਦੀ ਸੜਕ ਦੇ ਉੱਤੇ ਜਿੱਥੇ ਕਿ ਪੁਲ ਮਤਲਬ ਕਾਫੀ ਦੇਰ ਹੋ ਚੁੱਕਿਆ, 2 ਸਾਲ ਆਲਮੋਸਟ ਹੋ ਚੁੱਕੇ ਹੈ ਕਿ ਇੱਥੇ ਪੁਲ ਬੰਦਾ ਪਿਆ ਐਂਡ ਸੜਕਾਂ ਪੂਰੀ ਤਰੀਕੇ ਨਾਲ ਇੱਥੇ ਟੁੱਟੀਆਂ ਹੋਈਆਂ, ਮਤਲਬ ਫੁੱਲ ਔਨ ਇੱਥੇ ਚਿੱਕੜ ਵੀ ਹੋਇਆ ਪਿਆ ਜਦੋਂ ਬਾਰਿਸ਼ ਹੁੰਦੀ ਹੈ ਅਤੇ ਲੋਕਾਂ ਵਾਸਤੇ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਪਿਆ, ਕਾਫੀ ਐਕਸੀਡੈਂਟਸ ਵੀ ਇਹ ਵਾਲੀ ਰੋਡ 'ਤੇ ਹੁੰਦੇ ਪਏ ਬਿਕੋਜ਼ ਪੂਰੀ ਹੀ ਦੀ ਪੂਰੀ ਰੋਡ 'ਤੇ ਖੱਡੇ ਹੈਗੇ ਆ ਅਤੇ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਵੀ ਇੱਥੇ ਆਉਣ ਜਾਣ 'ਚ ਵੀ ਅਤੇ ਸਪੈਸ਼ਲੀ ਜਿਨ੍ਹਾਂ ਲੋਕਾਂ ਦੀ ਇੱਥੇ ਦੁਕਾਨਾਂ ਵੀ ਹੈਗੀਆਂ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਕਿਉਂਕਿ ਗ੍ਰਾਹਕੀ ਵੀ ਉਹਨਾਂ ਦੀ ਘਟਦੀ ਪਈ ਹੈ। ਤੁਸੀਂ ਵੇਖ ਹੀ ਸਕਦੇ ਹੋ ਕਿ ਕਿੱਦਾਂ ਲੋਕ ਕਾਫੀ ਮੁਸ਼ਕਿਲਾਂ ਦੇ ਨਾਲ ਇੱਥੇ ਆਉਂਦੇ ਪਏ ਹੈ ਅਤੇ ਬਹੁਤ ਜ਼ਿਆਦਾ ਉਹਨਾਂ ਨੂੰ ਮੁਸ਼ਕਿਲ ਆਉਂਦੀ ਆਉਣ ਜਾਣ ਦੇ। ਆਓ ਅੱਜ ਆਪਾਂ ਕੁਛ ਲੋਕਾਂ ਦੇ ਨਾਲ ਇੱਥੇ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਕਾਫੀ ਸਾਲ ਤੋਂ ਇਹ ਸੜਕ ਬੰਦੀ ਪਈ ਹੈ, ਪੁੱਲ ਬੰਦਾ ਪਿਆ ਅਤੇ ਉਹਨਾਂ ਦੇ ਕੀ ਵਿਚਾਰ ਹੈ ਇਸ ਚੀਜ਼ ਦੇ ਬਾਰੇ। ਜਿਵੇਂ ਤੁਸੀਂ ਸਰ ਵੇਖ ਸਕਦੇ ਹੋ ਕਿ 2 ਸਾਲ ਹੋ ਚੁੱਕੇ ਨਾ ਪੁੱਲ ਬੰਦਾ ਪਿਆ ਇੱਥੇ ਪੂਰੀ ਤਰੀਕੇ ਨਾਲ ਅਤੇ ਸੜਕ ਦੇ ਵੀ ਬੁਰੇ ਹਾਲਾਤ ਹੋਏ ਪਏ ਆ। ਮੈਮ 3 ਸਾਲ ਹੋ ਗਏ ਨੇ ਸਾਨੂੰ ਇੱਥੋਂ ਜਾਂਦਿਆਂ ਨੂੰ ਛਿਆਟੇ ਤੋਂ ਸ਼੍ਰੀ ਦਰਬਾਰ ਸਾਹਿਬ ਜਾਂ ਸ਼ਹੀਦਾਂ ਜਾਣਾ ਹੁੰਦਾ ਮੱਥਾ ਟੇਕਣ ਲਈ, ਹਰ ਵਾਰੀ ਜਦੋਂ ਵੀ ਇੱਧਰੋਂ ਜਾਂਦੇ ਹਾਂ ਅਤੇ ਪ੍ਰੋਬਲਮਸ ਜਿਹੜੀਆਂ ਅਸੀਂ 3 ਸਾਲ ਤੋਂ ਫੇਸ ਕਰ ਰਹੇ ਹਾਂ। ਪ੍ਰਸ਼ਾਸਨ ਜਿਹੜਾ ਇੱਧਰ ਧਿਆਨ ਹੀ ਨਹੀਂ ਦਿੰਦਾ ਕਿਉਂਕਿ ਗੌਰਮੈਂਟ ਜਿਹੜੀ ਹੈ ਜਦੋਂ ਵੀ ਪੁੱਲ ਬਣਾਉਂਦੀ ਆ ਅਤੇ ਸਾਨੂੰ ਸਰਵਿਸ ਲਾਈਨ ਪ੍ਰੋਵਾਈਡ ਕਰਦੀ ਆ, ਪਰ ਇੱਥੇ ਵੇਖਣ 'ਚ ਆ ਰਿਹਾ ਕਿ ਸਰਵਿਸ ਲਾਈਨ ਵੀ ਆ ਕਿੰਨਾ ਚਿੱਕੜ ਆ ਅਤੇ ਬੱਚਿਆਂ ਨੂੰ ਲੈ ਕੇ ਜਾਂ ਬੰਦਾ ਇਕੱਲਾ ਕਿੱਦਾਂ ਜਾ ਸਕਦਾ, ਪ੍ਰਸ਼ਾਸਨ ਨੂੰ ਇੱਧਰ ਧਿਆਨ ਦੇਣਾ ਚਾਹੀਦਾ। ਅਤੇ ਇੱਥੇ ਐਕਸੀਡੈਂਟਸ ਵੀ ਕਾਫੀ ਹੋ ਰਹੇ ਕਿ ਨਹੀਂ? ਹਾਂਜੀ ਸਲਿਪ ਹੋ ਜਾਂਦੀ ਆ, ਐਕਟਿਵਾ ਸਲਿਪ ਹੋ ਜਾਂਦੀ ਆ, ਵੱਡੀਆਂ ਗੱਡੀਆਂ ਜਿਹੜੀਆਂ ਉਹ ਆ ਨਹੀਂ ਸਕਦੀਆਂ, ਫੈਮਿਲੀ ਨੂੰ ਲੈ ਕੇ ਤੁਸੀਂ ਜਾ ਨਹੀਂ ਸਕਦੇ ਜੇ ਤੁਸੀਂ ਬਾਹਰੋਂ ਦੀ ਜਾਂਦੇ ਹੋ ਜੀ ਟੀ ਰੋਡ ਤੋਂ ਉਧਰੋਂ ਟਾਈਮ ਵੇਸਟ ਹੁੰਦਾ ਆ। ਕਿ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਸੜਕ ਖਰਾਬ ਹੋਈ ਪਈ ਹੈ ਅਤੇ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਵੀ ਆ ਰਹੀਆਂ ਇਸ ਚੀਜ਼ ਤੋਂ। ਬਹੁਤ ਜ਼ਿਆਦਾ ਮੁਸ਼ਕਿਲਾਂ ਆ ਰਹੀਆਂ ਤੁਹਾਡੇ ਸਾਹਮਣੇ, ਵੇਖੋ ਕੀ ਹਾਲ ਹੋਇਆ ਹੈ। ਨੰਗਲ ਲੱਗੇ ਤਾਂ ਇੰਨੀ ਮੁਸ਼ਕਿਲ ਆਉਂਦੀ ਕੋਈ ਹਿਸਾਬ ਨਹੀਂ, ਬਾਕੀ ਜਿਹੜਾ ਸੱਟ ਪੇਟ ਲੱਗ ਜਾਵੇ ਉਹ ਤਾਂ ਵੱਖਰੀ ਹਾਲ ਜੇ। ਇੰਨਾ ਜ਼ਿਆਦਾ ਕੰਮ ਲੇਟ ਕਰਦੇ ਪਏ ਆ, ਇੱਕ ਡਸਟਿੰਗ ਇੰਨੀ ਆਉਂਦੀ ਹੈ, ਬਹੁਤ ਜ਼ਿਆਦਾ ਮੁਸ਼ਕਿਲ ਹੈਗੀ। ਅਤੇ ਕਿੰਨੀ ਦੇਰ ਤੋਂ ਇਹ ਸੜਕ ਬਣਦੀ ਪਈ ਹੈ? ਇਹ ਘੱਟੋ ਘੱਟ ਰਹਿੰਦੇ 3 ਸਾਲ ਕਰਤੇ ਇਹਨਾਂ ਨੇ ਬਣੇ, 3 ਸਾਲ ਤੋਂ ਬਣਦੇ ਪਏ, 3 ਸਾਲ ਤੋਂ ਲੋਕ ਖੱਜਲ ਖਰਾਬ ਹੁੰਦੇ ਜੇ। ਅਤੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਇਸ ਬਾਰੇ? ਕਹਾਂਗੇ ਕਿ ਛੇਤੀ ਤੋਂ ਛੇਤੀ ਆਪਣਾ ਕੰਮ ਨਿਬੇੜਨ, ਇੱਦਾਂ ਲੋਕਾਂ ਬਹੁਤ ਪਰੇਸ਼ਾਨ ਹੋ ਰਹੇ, ਪਰੇਸ਼ਾਨ ਨਾ ਹੋਣ। ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਸੜਕ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ, ਕਾਫੀ ਲੋਕਾਂ ਦੇ ਐਕਸੀਡੈਂਟ ਵੀ ਹੁੰਦੇ ਪਏ, ਇਸ ਬਾਰੇ ਕੀ ਕਹੋਗੇ? ਉਹ ਤਾਂ ਹੁਣ ਸਰਕਾਰ ਨੂੰ ਚਾਹੀਦਾ ਜੀ, ਅਸੀਂ ਕੀ ਕਹਿ ਸਕਦੇ, ਅਸੀਂ ਤਾਂ ਤੁਹਾਨੂੰ ਪਤਾ ਹੀ ਆ, ਹੁਣ ਇਹੋ ਜਿਹਾ ਰਸਤਾ ਲੋਕਾਂ ਨੇ ਲੰਘਣ ਲੰਘਣ ਡੇ, ਮਰਦੇ ਜੀਂਦੇ, ਪਰ ਇਹਦਾ ਨੁਕਸਾਨ ਤਾਂ ਹੋ ਹੀ ਜਾਂਦਾ ਇੱਥੇ। ਤੁਹਾਨੂੰ ਕੀ ਲੱਗਦਾ ਕਿ ਬਹੁਤ ਮੁਸ਼ਕਲ ਆਉਂਦੀ ਵੀ ਆਉਣ ਜਾਣ 'ਚ ਰਹਿੰਦੇ ਮੁਸ਼ਕਲ 'ਚ? ਇਹ ਕਿੰਨੇ ਸਾਲ ਹੋ ਚੁੱਕੇ ਹੈ ਕਿ ਇਹ ਬੰਦੀ ਨਹੀਂ ਪਈ ਹਾਲੇ ਤੱਕ ਸੜਕ? ਅਸੀਂ ਤਾਂ ਜਦੋਂ ਦਾ ਵੇਖਣ ਡੇ ਇੱਥੇ ਟੋਏ ਦੇਖਦੇ ਹਨ। ਸਰ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਸੜਕ ਬਹੁਤ ਜ਼ਿਆਦਾ ਖਰਾਬ ਹੋਈ ਪਈ ਹੈ, ਤੁਹਾਡੀ ਦੁਕਾਨ ਵੀ ਇੱਥੇ ਹੈਗੀ ਹੈ, ਅਤੇ ਤੁਹਾਨੂੰ ਕੀ ਲੱਗਦਾ ਗਾਹਕਾਂ 'ਚ ਵੀ ਥੋੜ੍ਹੀ ਘਾਟ ਆਈ ਹੋਣੀ ਹੈ ਕਿਉਂਕਿ ਜਿੱਦਾਂ ਬਹੁਤ ਜ਼ਿਆਦਾ ਸੜਕ ਪਈ ਹੈ ਇੱਥੇ? ਹਾਂਜੀ ਸੜਕ ਸਾਰੀ ਖਰਾਬ ਹੋਈ ਪਈ ਹੈ, ਗਾਹਕ ਇੱਥੇ ਆਉਂਦਾ ਨਹੀਂ ਹੈ, ਸਾਰੇ ਚਿੱਕੜ ਫਿਰ ਮਾੜੇ ਮਾੜੇ ਜੀ ਬਾਰਿਸ਼ ਹੋ ਜਾਂਦੀ, ਚਿੱਕੜ ਚਿੱਕੜ ਪਾਣੀ ਪਾਣੀ ਦੇਖੋ ਧੜ ਦਿੰਦੇ, ਪਾਣੀ ਦੇਖੋ ਕਿੰਨਾ ਖਲੋਤਾ, ਸਾਰਾ ਚਿੱਕੜ ਚਿੱਕੜ ਹੋਇਆ ਪਿਆ, ਗਾਹਕ ਬਿਲਕੁਲ ਨਹੀਂ ਆ ਰਹੇ, ਇਹਨਾਂ ਨੂੰ ਕਿੰਨੀ ਨਹੀਂ ਕਿਹਾ ਕਿਤੇ ਮਿੱਟੀ ਮੁੱਟੀ ਪਾ ਕੇ ਸੜਕ ਸਹੀ ਸਹੀ ਕਰ ਦਿਉ, ਲਾਈਨ ਸਹੀ ਕਰ ਦਿਉ, ਗਾਹਕ ਲੰਘਦਾ ਰਹੇ, ਸਾਡਾ ਗਾਹਕ ਆਉਂਦਾ ਜਾਵੇ, ਜਿਹੜਾ ਗਾਹਕ ਆਉਂਦਾ ਚਿੱਕੜ ਵੇਖ ਕੇ ਬਾਹਰ ਪਿੱਛੋਂ ਵਾਪ ਮੁੜ ਜਾਂਦਾ ਕਿ ਅੱਗੇ ਆਉਂਦਾ ਹੀ ਨਹੀਂ ਹੈ। ਜਿਵੇਂ ਹੁਣ ਅੱਗੇ ਬਰਸਾਤ ਦਾ ਵੀ ਮੌਸਮ ਹੈਗਾ ਅਤੇ ਸੜਕ ਪੂਰੀ ਬਣੀ ਵੀ ਨਹੀਂ ਹੋਈ ਹੈ? ਸੜਕ ਬਿਲਕੁਲ ਬਣੀ ਹੋਈ, ਜੇ ਅਸੀਂ ਹਾਲ ਰਿਹਾ ਤਾਂ ਬਾਰਿਸ਼ ਹੋਈ ਤਾਂ ਪਾਣੀ ਪਾਣੀ ਖਲੋ ਜਾਣਾ ਆ, ਚਾਦਰ ਜਿਹੜਾ ਆਏਗਾ ਡਿੱਗੀ ਜਾਏਗਾ, ਕਿਤੇ ਕਈ ਖੱਡੇ ਖੁੱਡੇ ਹੋਏ ਹੋਏ ਆ, ਕਾਫੀ ਲੋਕ ਡਿੱਗ ਪੈਂਦੇ, ਗੱਡੀ ਆਉਂਦੀ ਹੈ, ਕਈ ਵਾਰ ਲੋਕਾਂ ਠਾਣਾ ਪੈਂਦਾ ਹੁਣ ਉੱਥੇ ਆਉਣ ਕੇ। ਤੁਹਾਨੂੰ ਗ੍ਰਾਹਕਾਂ 'ਚ ਵੀ ਘਾਟ ਪਈ ਇਸ ਚੀਜ਼ ਦੇ ਕਾਰਨ? ਮੁਸ਼ਕਿਲ ਹੋਈ ਪਈ ਇੱਥੇ, ਗਾਹਕ ਅੱਗੇ ਲੋਕਡਾਊਨ ਨਾਲ ਗਾਹਕ ਟੁੱਟਾ ਪਿਆ, ਕਾਫੀ ਗਾਹਕ ਮਾਰਕੀਟ ਡਾਊਨ ਹੋਈ ਪਈ ਹੈ, ਅਤੇ ਉਹ ਮਾੜਾ ਮੋਟਾ ਜਿਹੜਾ ਗਾਹਕ ਆਉਂਦਾ ਉਹ ਵੀ ਟੁੱਟ ਹੀ ਜਾ ਰਿਹਾ ਸਾਡਾ, ਰਸਤਾ ਖਰਾਬ, ਗੱਡੀ ਕੋਈ ਆਉਂਦੀ ਨਹੀਂ ਲੈ ਕੇ, ਕੋਈ ਜਿਹੜਾ ਮਾਲ ਲੈ ਕੇ ਆਉਂਦਾ ਉਹ ਤੰਗ ਹੁੰਦਾ, ਅਸੀਂ ਮਾਲ ਹੀ ਲੈ ਕੇ ਆਉਂਦਾ, ਟਰੱਕ ਨੂੰ ਫੋਨ ਕਰੋ ਅਤੇ ਅਸੀਂ ਗੱਡੀ ਲੈ ਕੇ ਨਹੀਂ ਆਉਂਦੇ ਇੱਥੇ। ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ?
सरकार को यही कहने कि इलाके ठीक किया जाए या जरा पुल वाले काम पूरा सही नहीं तरीके कर रहे इन्होंने पूरा कंप्लीट करना जल्दी जल्दी। तो हूँ आप इतों के सीनियर इंजीनियर के नाल गलबात करते हैं तो उन्होंने पूछते हैं। सत श्रीकाल सर। खड्डिया च भरना भी है पानी ते काफी लोग एक्सीडेंट दे भी शिकार हो चुके हैं। तुसी की कहोगे इस बारे? फर्स्ट तो इलेक्ट्रिकल डिपार्टमेंट की वजह से हमें लेट हो रहे थे इसमें, क्योंकि उन्होंने अपनी जो लाइनें शिफ्ट करनी होती है उन्होंने वो शिफ्ट नहीं की, तो उसके अकॉर्डिंग हम रोड नहीं बना पा रहे क्योंकि पोल बीच में खड़े हुए हैं रोड के, उनको अमाउंट भी दे चुके हम। और सेकंड बात, इसका जो हमारा रेलवे पोर्शन है इसमें से कुछ चेंजेस होते रहते हैं, टाइम टू टाइम चेंज हुआ डिज़ाइन में, इस करके थोड़ा लेट है ये। बाकी 3-4 विद इन 4 मंथ के अंदर अंदर हम इसको कम्प्लीट कर देंगे। और कुछ कोरोना करके भी थोड़ा लेबर डर गई थी, जो बाहर की लेबर है ना बिहार वगैरह की, वो सब भी चले गए थे यहाँ से काम छोड़ के, क्योंकि डबल बार कोरोना का आया एक मार्च में पीछे 2020 में और 2021 में, दो तीन महीने ये मान के चला मिनिमम 6-4 मंथ काम वैसे ही बंद रहा। तो आप थोड़े सीनियर इंजीनियर के नाल भी गलबात की है तो उन्होंने भी किया है कि 2-4 महीने तक ये काम पूरा कंप्लीट हो जाएगा। कुछ कोरोना कारण भी लेबर का घाटा पै चुका होया सी, लेबर कुछ अपने घरों जा चुकी सी जिस कारण थोड़ा काम पिछे हो गया सी। तो देखते हैं कि हूँ 2-4 महीने तक ये पूरी सड़क तो पूरा पुल बन जाएगा या नहीं। देखते रहो तेज पंजाब न्यूज़ कनेक्टिका।